ਹੁਣ ਤਾਂ ਬੈਂਡ ਚਾਹੀਦੇ ਨੇ ਹੋਰ ਕੁਝ ਨਹੀਂ ਚਾਹੀਦਾ ਪਹਿਲਾਂ ਪਿਆਰ ਦਾ ਦੌਰ ਤੇ ਹੁਣ ਪੈਸੇ ਦਾ ਦੌਰ ਇਹਨਾਂ ਪਹਿਲਾਂ ਫੋਟੋ ਮੰਗਾਉਂਦੇ ਫਿਰ ਕਹਿੰਦੇ ਨੇ ਕੱਚਾ ਦੇਖਣਾ ਮੰਗਦੇ ਕਿਸੇ ਤੇ ਆਪਾਂ ਚੋਰੀ ਚੋਰੀ ਦੇਖਦੇ ਆ ਬਣਾਉਣੇ ਉਹਨਾਂ ਦੀ ਵੀਡੀਓ ਅੱਜ ਤੇ ਆਪਾਂ ਚੱਲਦੇ ਆ ਹੌਲੀ ਹੌਲੀ ਤੇ ਸਾਇਲੈਂਟ ਰਹੋ ਹਾਂਜੀ ਤੁਸੀਂ ਤਾਂ ਪ੍ਰੈਕਟਿਸ ਕਰਦੇ ਤੇ ਕੀ ਗੱਲ ਕਰਦੀ ਦੀ ਪ੍ਰੈਕਟਿਸ ਕਰਦੀ ਇਹ ਪ੍ਰੈਕਟਿਸ ਐਵੇਂ ਹੁੰਦੀ ਹੈ ਐ ਨਹੀਂ ਵਜਨ ਘਟਦੇ ਪਹਿਲਾਂ ਮੈਟ ਵਿਛਾਏ ਦੇਖੋ ਹਾਂ ਇੱਥੇ ਫੇਟ ਵਾਲੀ ਐਕਸਰਸਾਈਜ਼ਾਂ ਲੱਗਣੀਆਂ ਆ ਸਾਈਕਲ ਦੀਆਂ ਅੱਛਾ ਲਾਵਾਂਗੇ ਲਾਵਾਂਗੇ ਆ ਕੀ ਹੈ ਮੈਂ ਉਹ ਕੱਢ ਕੇ ਲਿਆਈ ਸੀ ਇਧਰੋਂ ਮੈਂ ਬੈਠੀ ਸੀ ਇਕੱਲੀ ਉਸ ਤੋਂ ਉਧਰ ਵਗ ਗਿਆ ਕਿੰਨਾ ਟਾਈਮ ਹੋ ਗਿਆ ਫਿਰ ਮੈਂ ਥੋੜੀ ਬੋਤੀ ਸਾਈਕਲ ਤੇ ਚਲਾਈ ਆ ਤਾਂ ਅੱਛਾ ਮੈਂ ਨਾ ਫੋਟੋ ਦੇਖਣ ਲੱਗ ਗਈ ਆਪਣੀਆਂ ਅੱਛਾ ਜੀ ਪਹਿਲਾਂ ਦੀਆਂ ਆ ਕਿੰਨੀਆਂ ਨਾ ਵਧੀਆ ਹੁੰਦੀ ਸੀ ਆ ਦੇਖੋ ਮੇਰੀ ਫੋਟੋ ਇਹ ਉਹ ਫੋਟੋ ਆ ਜਿਹੜੀ ਮੈਂ ਤੁਹਾਨੂੰ ਭੇਜੀ ਸੀ ਕਾਦੇ ਵਾਸਤੇ ਮੰਗਣੇ ਮਤਲਬ ਅੱਛਾ ਰਿਸ਼ਤੇ ਵਾਸਤੇ ਰਿਸ਼ਤੇ ਵਾਸਤੇ ਇਹ ਫੋਟੋ ਭੇਜੀ ਦੀ ਠੀਕ ਹੈ ਠੀਕ ਹੈ ਦੇਖੋ ਗੱਲਾਂ ਤੇ ਟੋਏ ਤਾਂ ਨਹੀਂ ਧਿਆਨ ਚ ਐਵੇਂ ਕਹੀਏ ਟੋਏ ਪੈਂਦੇ ਨੇ ਇੱਥੇ ਵੀ ਗੱਲਾਂ ਚ ਪੈਂਦੇ ਨੇ ਪੈਂਦੇ ਨੇ ਕਿੰਨਾ ਵਧੀਆ ਸੀ ਪੈਂਦੇ ਨੇ ਹੁਣ ਤਾਂ ਮੋਟੀ ਹੋ ਕੇ ਸਾਰੇ ਟੋਏ ਟੋਏ ਵਿੱਚ ਹੀ ਦਬ ਗਈ ਹੁਣ ਤਾਂ ਮਿੱਟੀ ਬੈ ਗਈ ਟੋਏ ਸਹੀ ਹੈ ਸਹੀ ਹੈ ਫਿਰ ਇਹਦੇ ਮਿੱਟੀ ਭਰ ਗਈ 10 ਸਾਲ ਹੋ ਗਏ ਵਿਆਹ ਨੂੰ ਹੁਣ ਨਹੀਂ ਟੋਏ ਰਹੇ ਹੁਣ ਤਾਂ ਟੋਏ ਭਰਤੇ ਅੱਛਾ ਜੀ ਤੇ ਹੁਣ ਫਿਰ ਇਹ ਤੁਸੀਂ ਮੈਂ ਤਾਂ ਐਂ ਦੇਖ ਰਹੀ ਸੀ ਮੈਂ ਦੇਖ ਲਓ ਨਾ ਜਦੋਂ ਆਪਣਾ 2013 ਚ ਵਿਆਹ ਹੋਇਆ ਉਦੋਂ ਕਿਵੇਂ ਟ੍ਰੈਂਡ ਸੀ ਹਨਾ ਕਿਵੇਂ ਦਾ ਰਿਵਾਜ ਸੀਗਾ ਹੁਣ ਦੇ ਰਿਵਾਜ ਤੇ ਪਹਿਲਾਂ ਦੇ ਰਿਵਾਜ ਦਾ ਫਰਕ ਆ ਨਾ 10 ਸਾਲਾਂ ਚ ਬਹੁਤ ਫਰਕ ਪੈ ਗਿਆ ਬਹੁਤ ਫਰਕ ਹੈ ਜੀ ਉਦੋਂ ਦੇਖ ਲਓ ਨਾ ਰਿਸ਼ਤੇ ਵਾਸਤੇ ਪਹਿਲਾਂ ਤੁਹਾਨੂੰ ਫੋਟੋ ਭੇਜੀ ਫਿਰ ਫੋਟੋ ਦੇਖੀ ਵੀ ਫਿਰ ਅਗਲਾ ਪਤਾ ਕਰਦਾ ਸੀ ਵੀ ਕੁੜੀ ਵਧੀਆ ਉਹਦਾ ਖਾਨਦਾਨ ਵਧੀਆ ਨਾ ਵਧੀਆ ਜਾਂ ਮੁੰਡੇ ਦਾ ਖਾਨਦਾਨ ਵੀ ਪੁੱਛਿਆ ਜਾਂਦਾ ਸੀ ਹਨਾ ਪੁੱਛਦੇ ਸੀ ਹਨਾ ਵੀ ਮੁੰਡੇ ਦਾ ਖਾਨਦਾਨ ਪਤਾ ਨਹੀਂ ਕਿਹੋ ਜਿਹਾ ਦਾ ਮੁੰਡਾ ਕਿਵੇਂ ਦਾ ਮੁੰਡੇ ਦਾ ਖਾਨਦਾਨ ਜ਼ਮੀਨ ਹੈਗੀ ਆ ਨਾ ਹੈਗੀ ਆ ਤੇ ਸਭ ਤੋਂ ਪਹਿਲਾਂ ਮੈਂ ਪੁੱਛਿਆ ਅਗਲਾ ਪੁੱਛਦਾ ਵੀ ਚੱਲ ਚਾਹੇ ਸਾਡੀ ਕੁੜੀ ਆ ਅੱਜ ਮੇਰਾ ਪ੍ਰੈਕਟਿਸ ਕਰਨ ਦਾ ਮਨ ਨਹੀਂ ਸੀ ਤਾਂ ਕਰਕੇ ਮੈਂ ਐਲਬਮ ਦੇਖਣ ਲੱਗੀ ਤੁਸੀਂ ਆ ਕੇ ਵੀਡੀਓ ਬਣਾਉਣ ਲੱਗੇ ਕਹਿੰਦੇ ਵੀ ਵਧੀਆ ਸਿੰਗਰ ਨਹੀਂ ਅਸੀਂ ਤਾਂ ਚੋਰੀ ਫੜ ਰਹੇ ਤੇ ਚੋਰੀ ਮਤਲਬ ਸਾਨੂੰ ਐ ਦੀ ਵੀ ਤੁਸੀਂ ਹਰ ਰੋਜ਼ ਪ੍ਰੈਕਟਿਸ ਕਰਦੇ ਹੋ ਸਾਨੂੰ ਮਾਣ ਜਾਂ ਮਹਿਸੂਸ ਹੁੰਦਾ ਤੇ ਆਪਦੇ ਆਪ ਤੇ ਇਸ ਤੋਂ ਰੋਜ਼ ਤਾਂ ਹਣੂ ਕਰਦੇ ਕਿੰਨਾ ਦਿਨ ਹੀ ਹੋਏ ਨੇ ਅਜੇ ਤਾਂ ਅੱਛਾ ਫਿਰ ਇਹਦੇ ਤੇ ਪੈਸੇ ਲਵਾਏ ਨੇ ਜਿਹੜੇ ਇਹ ਫालतू ਬਾਤ ਨਹੀਂ ਨਾ ਪੈਸੇ ਨੂੰ ਕੀ ਆ ਲਵਾ ਕਰ ਲਾਂਗੇ ਤੇ ਆਪਾਂ ਮਿੰਟ ਘਟਾ ਦਾਂ ਉਹ ਨਹੀਂ ਗੱਲ ਕਹਿੰਦੀ ਮੈਂ ਇਹ ਚਾਹਣੀ ਆ ਕਹਿਣਾ ਵੀ ਹੁਣ ਵੀਡੀਓ ਬਣਾ ਤਾਂ ਲਈ ਸਾਰੇ ਦੇਖ ਰਹੇ ਨੇ ਭੈਣ ਭਾਈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜ਼ਰੂਰ ਜੀ ਦੇਖੋ ਹਣਾ ਤੁਸੀਂ ਸਮਝ ਸਕਦੇ ਹੋ ਨਾ ਵੀ 2013 ਤੇ ਹੁਣ ਵਾਲੇ 2023 ਚ 10 ਸਾਲਾਂ ਦੇ ਫਰਕ ਚ 10 ਸਾਲਾਂ ਦੇ ਫਰਕ ਚ ਵਿਆਹਾਂ ਦਾ ਕਿੰਨਾ ਫਰਕ ਪੈ ਗਿਆ 2013 ਤੁਸੀਂ ਤਾਂ ਵਿਆਜ ਦਰ ਵਾਲੇ ਮੂੰਹ ਕੱਢਣ ਲੱਗ ਗਏ 2023 ਤੱਕ ਦਾ ਸਫ਼ਰ ਸਫ਼ਰ ਕੀ ਐਕਸਪੀਰੀਅੰਸ ਰਿਹਾ ਤੁਹਾਡਾ 10 ਸਾਲਾਂ ਚ ਮੇਰਾ ਤਾਂ ਐਕਸਪੀਰੀਅੰਸ ਹੁਣ ਮੈਂ ਕੀ ਦੱਸ ਸਕਦਾ ਕੀ ਮੇਰਾ ਐਕਸਪੀਰੀਅੰਸ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਐਕਸਪੀਰੀਅੰਸ ਨੇ ਵੀ ਹੁਣ ਦੇ ਵਿਆਹ ਤੇ ਜਿਹੜੇ ਪਹਿਲਾਂ ਵਾਲੇ ਵਿਆਹ ਸੀ ਉਹਨਾਂ 'ਚ ਕਿੰਨਾ ਫਰਕ ਸੀ ਫਰਕ ਬਿਲਕੁਲ ਬਹੁਤ ਜ਼ਿਆਦਾ ਫਰਕ ਸੀ ਤੁਸੀਂ ਐ ਲਾ ਲਓ ਪਹਿਲਾਂ ਤੁਹਾਨੂੰ ਦੇਖੋ ਫੋਟੋ ਭੇਜੀ ਅਸੀਂ ਜੇ ਭਾਈ ਕੁੜੀ ਦੇਖ ਲਓ ਜੇ ਤੁਹਾਡੇ ਕੁੜੀ ਪਸੰਦ ਹੈ ਹਾਂ ਤਾਂ ਹਾਂ ਕਰ ਦਿਓ ਨਹੀਂ ਫਿਰ ਨਾ ਕਰ ਦਿਓ ਨਹੀਂ ਪਹਿਲਾਂ ਹੁੰਦਾ ਤੇ ਪਹਿਲਾਂ ਕਹਿੰਦੇ ਨੇ ਕੱਚੀ ਦਿਖਾ ਦਿਓ ਭਾਈ ਕੱਚਾ ਹਾਂ ਪਹਿਲਾਂ ਕੱਚਾ ਦੇ ਨਾ ਪਹਿਲਾਂ ਫੋਟੋ ਮੰਗਾਉਂਦੇ ਫਿਰ ਕਹਿੰਦੇ ਨੇ ਕੱਚਾ ਦੇਖਣਾ ਮੰਗੇ ਫਿਰ ਉਦੋਂ ਮੰਗਣਾ ਹੁੰਦਾ ਫਿਰ ਕਿਤੇ ਵਿਆਹ ਹੁੰਦਾ ਹੁਣ ਕੱਚਾ ਪੱਕਾ ਕੁਝ ਨਹੀਂ ਹੁੰਦਾ ਸਿੱਧੀ ਡਾਇਰੈਕਟ ਵਿਆਹ ਡਾਇਰੈਕਟ ਵਿਆਹ ਹੁੰਦਾ ਮਾਪਿਆਂ ਨੂੰ ਵੀ ਪਤਾ ਨਹੀਂ ਹੁੰਦਾ ਡਾਇਰੈਕਟ ਵਿਆਹ ਹੁੰਦਾ ਸਿੱਧੀ ਨਿਬੜਿਆ ਹੁਣ ਤਾਂ ਬੈਂਡਾਂ ਨੇ ਬਸ ਹੁਣ ਤਾਂ ਬੈਂਡ ਚਾਹੀਦੇ ਨੇ ਹੋਰ ਕੁਝ ਨਹੀਂ ਚਾਹੀਦਾ ਅੱਗੇ ਹੁੰਦਾ ਦੀ ਪੈਸੇ ਦਾ ਹੁਣ ਪਹਿਲਾਂ ਪਿਆਰ ਦਾ ਦੌਰ ਤੇ ਹੁਣ ਪੈਸੇ ਦਾ ਦੌਰ ਹੈ ਮੇਨ ਗੱਲ ਇਹ ਪਹਿਲਾਂ ਇੱਜ਼ਤ ਵੀ ਅਗਲਾ ਪਹਿਲਾਂ ਇਹ ਵੀ ਪੁੱਛਦਾ ਵੀ ਕੁੜੀ ਕਿਹੜੇ ਸਕੂਲ 'ਚ ਪੜ੍ਹੀ ਪਈ ਸਕੂਲ 'ਚੋਂ ਪਤਾ ਕਰਦਾ ਸਕੂਲ 'ਚੋਂ ਪਤਾ ਕਰੋ ਕੁੜੀ ਕਿਹੜੇ ਕਾਲਜ 'ਚ ਪੜ੍ਹਦੀ ਉੱਥੋਂ ਪਤਾ ਕਰੋ ਠੀਕ ਹੈ ਕੁੜੀ ਕਿੱਥੇ ਕਿੱਥੇ ਰਹਿੰਦੀ ਆ ਕੀ ਕੰਮ ਕਰ ਕੁੜੀ ਨੂੰ ਸਿਲਾਈ ਕਢਾਈ ਆਉਂਦੀ ਆ ਅੱਛਾ ਸਿਲਾਈ ਦਾ ਕੰਮ ਜਾਣਦੀ ਜਿਵੇਂ ਡੈਡੀ ਪੁੱਛਦੇ ਸੀ ਆਪਣੇ ਭਾਈ ਕੁੜੀ ਉਹ ਲੈਣੀ ਆ ਜਿਹੜੀ ਸਿਲਾਈ ਦਾ ਕੰਮ ਜਾਣਦੀ ਵੀ ਹੱਥੀਂ ਕਿਰਤ ਕਰਦੀ ਹੋਵੇ ਅੱਜ ਦਾ ਟਾਈਮ ਵੀ ਇਹੀ ਹੈ ਵੀ ਜਿਹਦਾ ਜਿਹੜਾ ਬੰਦਾ ਹੱਥ ਦਾ ਹੀ ਕਿਰਤ ਕਰਦਾ ਉਹ ਮਰਦਾ ਨਹੀਂ ਕਦੇ ਜ਼ਿੰਦਗੀ ਸਹੀ ਗੱਲ ਹੈ ਡੈਡੀ ਕਹਿੰਦੇ ਵੀ ਹੁੰਦੇ ਸੀ ਇਹ ਮੈਂ ਇਸ ਚੀਜ਼ ਨੂੰ ਮੈਂ ਮਹਿਸੂਸ ਕਰ ਸਕਦਾ ਮਤਲਬ ਕਿ ਵੀ ਮੈਂ ਡੈਡੀ ਹੋਰੇ ਹੱਥ ਕਿਰਤ ਦੇ ਕੰਮ ਕਰਦੇ ਤੇ ਕਿੰਨੇ ਵਧੀਆ ਹੁੰਦੇ ਤੇ ਸਹੀ ਗੱਲ ਹੈ ਡੈਡੀ ਨੇ ਤਾਂ ਹੀ ਟਾਈਮ ਨਹੀਂ ਸੋਚਿਆ ਸੀ ਕੁੜੀ ਸਿਲਾਈ ਦਾ ਕੰਮ ਜਾਣਦੀ ਮਤਲਬ ਤੇ ਉਦੋਂ ਦੇਖ ਲਓ ਕਿੰਨੀ ਇੱਜ਼ਤ ਵੀ ਤੇ ਨਾ ਉਦੋਂ ਸਿਲਾਈ ਕਢਾਈ ਦੇ ਕੰਮ ਨੂੰ ਕਿੰਨੀ ਵੈਲਿਊ ਦਿੱਤੀ ਜਾਂਦੀ ਸੀ ਨਾ ਇਹ ਕੁੜੀ ਨੂੰ ਸਿਲਾਈ ਦਾ ਕੰਮ ਆਉਂਦਾ ਸਿਲਾਈ ਦਾ ਕੰਮ ਕਰਦੇ ਆ ਹੁਣ ਤਾਂ ਤੁਸੀਂ ਹੁਣ ਤਾਂ ਸਿਰਫ ਬੈਂਡਾਂ ਦੀ ਇੱਜ਼ਤ ਹੈ ਹੁਣ ਤਾਂ ਜੇ ਕਿਸੇ ਕੋਲ 6 ਬੈਂਡ ਨੇ 7 ਬੈਂਡ ਨੇ ਤਾਂ ਇਹ ਪੁੱਛਣਾ ਵੀ ਕਿਹੜੇ ਕਿਹੜੀ ਕੰਟਰੀ ਦਾ ਵੀਜ਼ਾ ਲੱਗ ਗਿਆ ਜੇ ਤਾਂ ਦੋਨੇ ਜਣੇ ਇੱਧਰ ਨੇ ਫਿਰ ਤਾਂ ਜੇ ਕੁੜੀ ਹੈ ਤਾਂ ਮੁੰਡੇ ਵਾਲਿਆਂ ਨੂੰ ਪਤਾ ਕੀਤਾ ਜਾਂਦਾ ਵੀ ਭਾਈ ਮੁੰਡੇ ਵਾਲਾ 20 ਲੱਖ ਲਾਉਂਦਾ ਹੈ 25 ਲੱਖ ਲਾਉਂਦਾ ਹੈ ਚੱਲ ਵੀ ਕਰਦੇ ਵਿਆ ਨਾ ਕੁੜੀ ਦਾ ਕੈਰੇਕਟਰ ਪਤਾ ਨਾ ਮੁੰਡੇ ਦਾ ਕੈਰੇਕਟਰ ਪਤਾ ਕੁਛ ਨਹੀਂ ਨਾ ਘਰ ਦਾ ਨਾ ਖਾਨਦਾਨ ਦਾ ਹੁੰਦਾ ਪੁੱਛਦੀ ਨਹੀਂ ਕੋਈ ਪਹਿਲਾਂ ਹਾਂ ਪਹਿਲਾਂ ਖਾਨਦਾਨ ਮੇਨ ਖਾਨਦਾਨ ਪਹਿਲਾਂ ਦੇਖਿਆ ਜਾਂਦਾ ਵੀ ਖਾਨਦਾਨ ਕਿਵੇਂ ਦਾ ਕੁੜੀ ਲਾਣੀ ਘਰਾਣੇ ਚੋਂ ਚੰਗੇ ਪਰਿਵਾਰ ਚੋਂ ਭਾਈ ਪਰਿਵਾਰ ਕਿੱਡਾ ਕੋ ਉਹਨਾਂ ਦਾ
ਜ਼ਮੀਨ ਤੇ ਆਸਮਾਨ ਉਹੀ ਗੱਲ ਹੋ ਗਈ। 10 ਸਾਲ ਆਪਣੇ ਦੇਖਦੇ ਦੇਖਦੇ ਕਿੰਨਾ ਪੈ ਗਿਆ 2023 ਤੋਂ 2023 शब्द जरूरी हुंदा सी हरेक घर दे विच। हरेक बंदा इह कहिंदा सी ते पता की हुंदा सी वी जे नहीं पसंद यार चुप कर जो फिर हां नाम नहीं कहिंदे सी फिर सारे जणे जी उठ के जे बाहर आ जांदे बाहर आके पहला ਕੁਸਰ ਕੁਸਰ ਕਰਦੇ ਵੀ ਕੁੜੀ ਵਧੀਆ ਘਟੀਆ ਕਰਦੇ ਛੋਟਾ ਆਇਆ ਵਾ ਤੇ ਫਿਰ ਉਦੋਂ ਬਾਅਦ ਆ ਕੇ ਘਰੇ ਅਗਲਾ ਕਹਿੰਦਾ ਅਸੀਂ ਕੋਈ ਮੰਮੀ ਡੈਡੀ ਨੂੰ ਤਾਂ ਲੈ ਕੇ ਨਹੀਂ ਨਾਲ ਅਸੀਂ ਐਂ ਕਰਾਂਗੇ ਘਰੇ ਜਾ ਕੇ ਤੁਹਾਨੂੰ ਰਾਇ ਕਰਕੇ ਫੋਨ ਤਾਂ ਹੁੰਦੇ ਨਹੀਂ ਜੀ ਫੋਨ ਹੁੰਦਾ ਸੀ ਉਦੋਂ ਫੋਨ ਤਾਂ ਹੁੰਦੇ ਸੀ ਲੈਂਡਲਾਈਨ ਹੁੰਦੇ ਸੀ ਫੋਨ ਹੁੰਦੇ ਸੀ ਪਰ ਐਂ ਕਹਿੰਦੇ ਸੀ ਵੀ ਘਰੇ ਜਾ ਕੇ ਦੱਸਾਂਗੇ ਪਰ ਹੁੰਦੇ ਲੈਂਡਲਾਈਨ ਸੀ ਦੂਜੇ ਫੋਨ ਹੁੰਦੇ ਸੀ ਸੈਮਸੰਗ ਵਾਲੇ ਬਟਨ ਵਾਲੇ ਐਡੇ ਕੋ ਰਿਲਾਇੰਸ ਦੇ ਟਾਟਾ ਦੇ ਉਹ ਚੱਲਦੇ ਅੱਜ ਕੱਲ ਟਾਟਾ ਦੇ ਫੋਨਾਂ ਨੂੰ ਕੋਈ ਪੁੱਛਦਾ ਨਹੀਂ ਰਿਸ਼ਤਾ ਕਰਨਾ ਤਾਂ ਕੁੜੀ ਵਾਲਾ ਇਹ ਕਹਿੰਦਾ ਵੀ ਯਾਰ ਪੀਆਰ ਹੈਗਾ ਪੀਆਰ ਹੈਗਾ ਤਾਂ ਕਿੰਨਾ ਪੈਸਾ ਅਸੀਂ ਲਾਈਏ ਕੁੜੀ ਵਾਲੇ ਫਿਰ ਕੁੜੀ ਵਾਲੇ ਪੈਸਾ ਲਾਉਂਦੇ ਨੇ ਤੇ ਉਹਨਾਂ ਨੇ ਇਹ ਨਹੀਂ ਦੇਖਣਾ ਹੁੰਦਾ ਵੀ ਪੈਸਾ ਵੀ ਅਸੀਂ ਲਾ ਰਹੇ ਹਾਂ ਕੁੜੀ ਵੀ ਸਾਡੀ ਹੈ ਤੇ ਮੂਹਰਲਾ ਬੰਦਾ ਪਤਾ ਨਹੀਂ ਕਿਹੋ ਜਿਹੀ ਡਰਿੰਕ ਕਰਦਾ ਜਾਂ ਕਿਹੋ ਜਿਹਾ ਨਸ਼ਾ ਪੱਤਾ ਕਰਦਾ ਜਾਂ ਕੋਈ ਚਿੱਟਾ ਕਰਦਾ ਕਿ ਨਹੀਂ ਕਰਦਾ ਨਹੀਂ ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੁਣ ਨਹੀਂ ਹੁਣ ਤਾਂ ਬਸ ਇਕੱਲੀ ਪੀਆਰ ਦਾ ਰਹਿ ਗਿਆ ਜੇ ਹੱਥ ਝੂਟੀਆਂ ਲੈਣੀਆਂ ਹਾਂ ਵੀ ਬਸ ਕੋਈ ਉਧਰ ਇੱਕ ਵਾਰ ਕੈਨੇਡਾ ਆਵਾਂ ਜੀ ਫੇਰ ਨਹੀਂ ਕੁਛ ਚਾਹੇ ਉੱਥੇ ਜਾ ਕੇ ਕਿਸ਼ਤਾਂ ਕੱਢਣੀਆਂ ਔਖੀਆਂ ਹੁੰਦੀਆਂ ਉੱਥੇ ਜ਼ਿੰਦਗੀ ਕਿਸ਼ਤਾਂ ਦੀ ਹੈ ਕਿਸ਼ਤਾਂ ਦੀ ਜ਼ਿੰਦਗੀ ਨਾਲੇ ਉੱਥੇ ਡਿਪਰੈਸ਼ਨ ਹੈ ਬਹੁਤ ਜ਼ਿਆਦਾ ਜੀ ਆਪਾਂ ਇੱਧਰ ਵੀ ਕੰਮ ਕਰੀ ਜਾਓ ਠੀਕ ਹੈ ਇੱਧਰ ਵੀ ਕਰਨਾ ਚਾਹੀਦਾ ਜੇ ਆਪਾਂ ਇੱਧਰ ਹੀ 25-25 30-30 ਲੱਖ ਰੁਪਏ ਲਾ ਕੇ ਇੱਧਰ ਵੀ ਕੰਮ ਕਰ ਸਕਦੇ ਹਾਂ ਹੂੰ ਸੋ ਜਾਣਾ ਤਾਂ ਹੈ ਇੱਕ ਨੂੰ ਚਾਹੀਦਾ ਇਹ ਤਾਂ ਨਹੀਂ ਗੱਲ ਜਾਓ ਉਹ ਤਾਂ ਕੋਈ ਗੱਲ ਨਹੀਂ ਆਪਣਾ ਫਿਊਚਰ ਬਣਾਉਣਾ ਚਾਹੀਦਾ ਹਾਂ ਪੈਸੇ ਚਾਰ ਪੈਸੇ ਵਧੀਆ ਕਮਾਓ ਆਪਦਾ ਇੱਧਰ ਕੋਈ ਕੰਮ ਕਾਰ ਸੈੱਟ ਕਰੋ ਤੇ ਆ ਜਾਓ ਪਰ ਨਾ ਇਹ ਗੱਲ ਤਾਂ ਇਹ ਰਹੇਗੀ ਵੀ ਉਹਨਾਂ ਰਿਸ਼ਤਿਆਂ ਦੇ ਵਿੱਚ ਇੰਨੀ ਕੋਖ ਪੜਤਾਲ ਨਹੀਂ ਕੀਤੀ ਜਾਂਦੀ ਹਨਾ ਉਹ ਗੱਲ ਨਹੀਂ ਹੈਗੀ ਜਿਵੇਂ ਅਗਲਾ ਚਾਹੇ ਚਾਹੇ ਮੁੰਡਾ ਚਾਹੇ ਕੁੜੀ ਹੈ ਗੱਲ ਇਹ ਨਹੀਂ ਵੀ ਕੁੜੀ ਵਾਲੇ ਇਕੱਲੇ ਵੀ ਚਾਹੇ ਮੁੰਡਾ ਹੈ ਜੇ ਮੁੰਡਾ ਹੈ ਤਾਂ ਕੁੜੀ ਬਾਰੇ ਨਹੀਂ ਪਤਾ ਕੀਤਾ ਜਾਂਦਾ ਵੀ ਭਾਈ ਕੁੜੀ ਦਾ ਕਰੈਕਟਰ ਕਿੱਦਾਂ ਦਾ ਹੈ ਕੁੜੀ ਕੀ ਕਰਦੀ ਹੈ ਕੁੜੀ ਹੁਣ ਤਾਂ ਅੱਜ ਕੱਲ੍ਹ ਤਾਂ ਕੁੜੀਆਂ ਵੀ ਨਸ਼ਾ ਪੱਤੇ ਵਧੇਰੇ ਕਰਨ ਲੱਗ ਗਈਆਂ ਸਹੀ ਗੱਲ ਹੈ ਵੀ ਯਾਰ ਉਹ ਪੂਰਾ ਖਿੱਚਦੀਆਂ ਬਹੁਤ ਲੋਕਾਂ ਦੀਆਂ ਵੀਡੀਓ ਆਉਂਦੀਆਂ ਨੇ ਹੋਰ ਆਉਂਦੀਆਂ ਸੋਸ਼ਲ ਮੀਡੀਆ 'ਤੇ ਸਾਰਾ ਕੁਛ ਪਤਾ ਲੱਗਦਾ ਸੋਸ਼ਲ ਮੀਡੀਆ ਦੇ ਦੌਰ ਨੇ ਬਹੁਤ ਕੁਛ ਖਤਮ ਕਰਤਾ ਹੁਣ ਤਾਂ ਰਿਸ਼ਤੇ ਵੀ ਵਟਸਐਪ 'ਤੇ ਹੋ ਜਾਂਦੇ ਨੇ ਫੋਟੋ ਉੱਧਰ ਗਈਆਂ ਉੱਧਰ ਗਈਆਂ ਅੱਗੇ ਆਪਣੇ ਵਾਂਗ ਫੋਟੋ ਭੇਜਦੇ ਹੁਣ ਤਾਂ ਕੈਮਰੇ ਵਾਲਿਆਂ ਦੀ ਜ਼ਿੰਦਗੀ ਹੀ ਖਤਮ ਹੋ ਜਾ ਰਹੀ ਹੈ ਬਿਲਕੁਲ ਬਿਲਕੁਲ ਚੱਲ ਲੱਗ ਗਏ ਫਿਰ ਪ੍ਰੈਕਟਿਸ ਕਰਨ ਚੱਲ ਕੋਈ ਗੱਲ ਨਹੀਂ ਇਹਦੇ ਵਿੱਚ ਤੁਸੀਂ ਇਹਨੂੰ ਪਾਣੀ ਨਾਲ ਧੋਤਾ ਧੋਤਾ ਕਾਹਨੂੰ ਆ ਇਹਨੂੰ ਥੋੜਾ ਨੀਂਦ ਆ ਪੈਂਦੀ